ਕਿਵੇਂ ਭੈਣੇ, ਮੂੰਹ ਜਿਹਾ ਬੰਨੀ ਬੈਠੀ ਆ, ਕਿਵੇਂ ਠੀਕ ਆ? ਠੀਕ ਆ ਵੀਰੇ, ਠੀਕ ਆ ਦੇ। ਤੈਨੂੰ ਪਤਾ ਹੀ ਆ, ਆ ਸੱਪ ਲੜਨੇ ਨੇ ਸਾਨੂੰ ਵੀ ਫਸਾ ਕੇ ਰੱਖਤਾ ਹਰਾਮਜ਼ਾਦੇ ਬਾਬੇ ਨੇ। ਅੱਛਾ ਕਾਹਨੂੰ ਮੂੰਹ ਦਿਖਾਉਣ ਜੋਗੇ ਛੱਡੇ ਕਿਤੇ। ਠੀਕ ਆ ਤੇ ਬਾਈ, ਕਿਵੇਂ ਠੀਕ ਆ ਹੁਣ? ਠੀਕ ਆ ਦਾ ਆਉ ਪਿਆ, ਕੁਕੜੀ ਬਣਿਆ, ਮਾਰ ਮਾਰ ਡਾਂਗਾਂ ਨਾਲ ਸਜਾਇਆ ਪਿਆ। ਸੱਟਾ ਸੁੱਟਾ ਤਾਂ ਨਹੀਂ ਵੱਜੀਆਂ ਉਹਦੇ ਵਾਲੀਆਂ? ਵੱਜੀਆਂ ਮੇਰੇ ਵੱਜੀਆਂ, ਮੇਰੇ ਤਾਂ ਆਵੇ ਮੂੰਹ ਤੇ ਵੱਜੀਆਂ, ਮੂੰਹ ਤੇ ਤਾਂ ਹੀ ਨੀ ਆ ਟੱਕਿਆ ਹੁਣ। ਅੱਛਾ, ਦੰਦ ਦੁੰਦ ਤਾਂ ਨਹੀਂ ਪੱਟੇ ਗਏ ਕਿਤੇ? ਨਹੀਂ, ਦੰਦ ਕਾਹਦੇ ਪੱਟੇ ਗਏ, ਸੁੱਜਾ ਬਾਹਲਾ ਹੋਇਆ ਪਿਆ। ਅੱਛਾ ਅੱਛਾ ਤੇ ਇੱਕ ਤੁਹਾਨੂੰ ਪਤਾ ਸੀਗਾ ਜਿਹੜਾ ਟੀਵੀ ਤੇ ਇੰਨਾ ਕੁਛ ਵਿਖਾਈ ਜਾਂਦੇ ਆ, ਉਹਨੇ ਇੰਨਾ ਕੁਛ ਜਦਾਦ ਬਣਾਈ ਆਪਦੀ, ਤੇ ਸਾਨੂੰ ਕਿਹੜਾ ਸੱਪ ਲੜਨਾ ਦੱਸ ਕੇ ਗਿਆ ਸੀ ਵੀ ਮੈਂ ਬਣਾਈ ਆ? ਨਹੀਂ ਤੈਨੂੰ ਪਤਾ ਨਿੱਕੀ ਸੁੱਕੀ ਜਾਤ ਨੂੰ ਕਿੱਥੇ ਪੁੱਛਦੇ, ਅੱਛਾ ਆਪਣਾ ਸਾਰਾ ਚੰਗਿਆਰਾਂ ਦਾ ਮੁਹੱਲਾ ਜਾਂਦਾ ਸੀ ਉੱਥੇ। ਅਸੀਂ ਤਾਂ ਕੋਈ ਨਹੀਂ ਜਾਂਦੇ ਸੀ ਭੈਣੇ, ਤੂੰ ਐਵੇਂ ਕਹੀ ਜਾਂਦੀ ਆ। ਚੱਲ ਤੁਸੀਂ ਨਹੀਂ ਜਾਂਦੇ ਸੀ, ਤੈਨੂੰ ਪਤਾ ਹੀ ਆ ਕਿੰਨਾ ਏਡਾ ਵਿਹੜਾ ਆਪਣਾ, ਸਾਰਾ ਵਿਹੜਾ ਜਾਂਦਾ ਸੀ ਨਾ ਸਾਰਿਆਂ ਨੂੰ ਭੰਗੀ ਦੱਸ ਬਣਾ ਕੇ ਉੱਥੇ। ਹਾਂ ਝਾੜੂ ਮਾਰੀ ਚਲੋ, ਝਾੜੂ ਮਾਰੀ ਚਲੋ, ਵੱਡੀਆਂ ਵੱਡੀਆਂ ਪਦਵੀਆਂ ਥੋੜੀ ਦਿੰਦੇ ਛੋਟੀਆਂ ਜਾਤਾਂ ਨੂੰ, ਉਹ ਤਾਂ ਦਿੰਦੇ ਉਹਨਾਂ ਨੂੰ ਆ ਜਿਹੜੀਆਂ ਫਿਰਦੀ ਆ। ਚੱਲ ਜੀ, ਹਣੀ ਪ੍ਰੀਤ ਰੰਨ ਬਣਾਈਏ ਜਿਹੜੀ ਆਪਦੀ ਬਾਬੇ ਨੇ, ਮਸਾਂ ਹੀ ਪਾਣੇ ਪਾਣੇ ਜੇ ਪਾ ਪਾ ਕੇ, ਰੰਗ ਬਿਰੰਗੇ ਬਾਣੇ ਪਾ ਪਾ ਕੇ, ਪੱਟੀ ਉਹ ਸਵਾਰ ਕੇ, ਉਹ ਵੀ ਚੱਲਦਾ ਹਰਾਮ ਜਾ। ਤੇ ਨਾਲੇ ਤੁਸੀਂ ਕਹਿੰਦੇ ਸੀ ਉੱਥੇ ਕੋਈ ਜਾਤ ਪਾਤ ਦਾ ਭੇਦ ਭਾਵ ਨਹੀਂ ਹੁੰਦਾ, ਸਭ ਭੌਂਕਦੇ ਆ, ਤੈਨੂੰ ਨੀ ਪਤਾ? ਅੱਛਾ, ਇੱਥੇ ਭੰਗੀ ਦਾਸ ਬਣਾ ਬਣਾ ਕੇ ਛੱਡੇ ਆ। ਹਾਂ, ਤੁਸੀਂ ਇੱਥੇ ਸਫਾਈਆਂ ਕਰ ਲਓ, ਤੁਸੀਂ ਉੱਥੇ ਸਫਾਈਆਂ ਕਰ ਲਓ। ਅੱਛਾ, ਵੇਖਿਆ ਕੋਈ ਕੋਈ ਵੀ ਜਿਹੜਾ ਬੰਦਾ ਨਿੱਕੀ ਸੁੱਕੀ ਜਾਤ ਦਾ, ਹਾਂ ਕਿਸੇ ਪਦਵੀ ਤੇ ਬੈਠਾ, ਸਾਰੇ ਦੇ ਸਾਰੇ ਭੰਗੀ ਦਾਸ ਬਣਾ ਛੱਡੇ ਅੱਗੋਂ ਦੇ, ਭਾਵੇਂ ਭੰਗੀ ਦਾਸ ਦਾ ਜੀ ਸਾਰੇ ਬਣਾ ਛੱਡੇ ਆ। ਅੱਛਾ, ਉਹਨੂੰ ਬਣਾ ਦਿੰਦਾ ਭੰਗਣ ਜਿਹੜੀ ਆਹ ਬੈਠੀ ਆ, ਹਨੀਪ੍ਰੀਤ ਬਣਾਈ ਆ ਜਿਹੜੀ ਨਾਲ ਲੈ ਕੇ ਤੁਰਿਆ ਫਿਰਦਾ ਸੀ, ਉਹ ਤਾਂ ਹੀਰੋਇਨ ਆ ਉਹਦੀ। ਚੱਲ ਹੋਵੇ, ਸਾਨੂੰ ਕੀ, ਰੰਦ ਬਣਾ ਦੇ ਸਾਡੇ ਤੇ। ਤੇ ਕੰਮ ਕਾਰ ਦਾ ਕਿਵੇਂ ਸਰਦਾ ਫਿਰ ਬਾਈ ਦਾ? ਕੰਮ ਕਾਰ ਦਾ ਕੀ ਸਰਨਾ ਹੁਣ, ਤੈਨੂੰ ਪਤਾ ਹੀ ਆ ਜਦੋਂ ਹੱਡ ਤਾਂ ਤੋੜੇ ਪਏ, ਛੇਤੀ ਚੱਲੋ ਜੀ। ਇਹ ਵੀ ਬੜਾ ਲੱਗਿਆ ਫਿਰਦਾ ਸੀ, ਇਹ ਵੀ ਨਹੀਂ ਆਉਂਦਾ ਸੀ ਖੜਦਾ ਮੈਂ, ਛੇਤੀ ਚੱਲੋ ਕਿ ਉੱਥੇ ਪਿਤਾ ਜੀ ਨੂੰ ਕਿਤੇ ਸਜ਼ਾ ਨਾ ਹੋ ਜਾਏ। ਸਾਡੇ ਬਿਨਾਂ ਤਾਂ ਜਿਵੇਂ ਪਿਤਾ ਜੀ ਛੁੱਟਦਾ ਨਹੀਂ ਸੀ, ਤੇ ਹੁਣ ਪਾਤਾ ਅਗਲਿਆਂ ਨੇ ਮੰਜੇ 'ਚ, ਹੁਣ ਤਾਂ ਪਿਤਾ ਜੀ ਦੇ ਗਿਆ ਇੱਥੇ ਵੀ, ਆ ਭਾਈ ਤੁਹਾਡੇ ਨਾਲ ਗਰੀਬ ਮਾਰ ਹੋ ਗਈ, ਚਲੋ ਆ ਤੁਸੀਂ ਆਪਦੇ ਜਵਾਕਾਂ ਨੂੰ ਕੁਛ ਖਵਾ ਪਿਆ ਲਿਓ ਜੇ, ਉਹ ਪਿਆ ਹੁਣ, ਚੱਲ ਜੇ ਜੀ ਖਾਈ ਜਾਂਦੇ ਹੁਣ। ਨਾਲੇ ਕਹਿੰਦੇ ਸੀ ਪਿਤਾ ਜੀ ਤਾਂ ਸ਼ਕਤੀ ਬਹੁਤ ਆ, ਉਹ ਤਾਂ ਐਕਸ਼ਨ ਬਹੁਤ ਕਰਦਾ, ਸਟੰਟ ਕਰਦਾ, ਉਹ ਤਾਂ ਪਹਿਲਾਂ ਉੱਥੇ ਕਰਦਾ ਬਹੁਤ, ਤੇ ਉੱਡਿਆ ਹੁੰਦਾ ਹੁਣ ਜੇਲ੍ਹ 'ਚ, ਗਾਇਬ ਹੋ ਜਾਂਦਾ ਸੱਪ ਲੜਨਾ। ਮੈਂ ਤਾਂ ਨਹੀਂ ਉੱਥੇ ਹੀ ਲੜਦੇ ਹਰਾਮਜ਼ਾਦੇ ਨਾਲ, ਸਾਨੂੰ ਤਾਂ ਵੀਰੇ ਇੰਨੇ ਭੁਲੇਖੇ 'ਚ, ਅਸੀਂ ਤਾਂ ਮੈਂ ਤਾਂ ਤੈਨੂੰ ਸਹੀ ਦੱਸਾਂ ਫਸਾ ਤੀ ਇਹਨਾਂ ਨੇ, ਆ ਜਿਹੜੇ ਮੇਰੇ ਸਹੁਰੇ ਆ, ਅਸੀਂ ਤਾਂ ਵਧੀਆ ਤੈਨੂੰ ਪਤਾ ਗੁਰਦੁਆਰੇ ਜਾਂਦੇ ਸੀਗੇ ਹੈ ਨਾ, ਮੇਰੇ ਪੇਕੇ ਤਾਂ ਤੈਨੂੰ ਪਤਾ ਹੀ ਆ, ਉਹ ਤਾਂ ਪਹਿਲਾਂ ਤੋਂ ਹੀ ਤੈਨੂੰ ਪਤਾ ਸਾਡੀ ਤਾਂ ਹੀ ਨਹੀਂ ਬਣਦੀ ਆਪਸ 'ਚ, ਇਹਨਾਂ ਦੀ ਬਣਦੀ ਨਹੀਂ ਮੇਰੇ ਪੇਕਿਆਂ ਦਾ। ਅੱਛਾ, ਆਹ ਮੇਰਾ ਸਹੁਰਾ ਜਿਹੜਾ 70 ਸਾਲਾਂ ਤੋਂ ਪਹਿਲਾਂ, ਮੈਂ ਤਾਂ ਇਹਦਾ ਮਗਰ ਲੱਗਿਆ ਫਿਰਦਾ। ਅੱਛਾ, 17 ਸਾਲਾਂ ਦਾ ਹੋਗਾ। ਤੇ ਸਹੁਰਾ ਤਾਂ ਤੇਰਾ ਗਿਆ ਹੋਣਾ ਫਿਰ ਉੱਥੇ, ਪੋਲੇ ਕਰਾ ਕੇ ਆਊਗਾ ਹੱਡ, ਐਂ ਕਿਉਂ ਆਉਂਦਾ? ਅੱਛਾ, ਆਇਆ ਨਹੀਂ ਹਲੇ? ਉਹ ਨਹੀਂ ਆਉਂਦਾ, ਉਹ ਤਾਂ ਅੱਛਾ, ਆਉਂਦਾ ਮੈਨੂੰ ਤਾਂ ਲੱਗਦਾ ਉੱਥੇ ਹੀ ਮਰੂਗਾ ਉਹ ਨਾਲ। ਅੱਛਾ, ਠੀਕ ਆ, ਆਹ ਤਾਂ ਪੈ ਗਿਆ ਮੰਜੇ 'ਚ, ਠੀਕ ਹੈ ਨਾ। ਇਹਨਾਂ ਨੇ ਮੈਨੂੰ ਇੱਥੇ ਲਾਤਾ, ਵੇਖ ਲਾ ਇੰਨੇ ਸਾਲਾਂ ਤੋਂ ਇਹਨਾਂ ਨੂੰ ਨਹੀਂ ਪਤਾ ਲੱਗਿਆ ਸੱਪ ਲੜਨੇ ਨੇ ਕੀ ਪਤਾ ਕੀ ਕੁਛ ਕੀਤਾ ਸੀ ਇਹਨਾਂ ਤੇ ਜਾਦੂ ਟੂਣਾ। ਮੈਂ ਤਾਂ ਨੀ ਭੁੰਨਣੇ ਦੀ ਨਾ, ਉੱਥੇ ਲਾਸ਼ ਹੀ ਆਵੇ। ਬਾਲੀ ਪੱਖੀ ਬੈਠੀ ਆ ਭੈਣੇ, ਫਿਰ ਹੁਣ ਕਿਵੇਂ ਕਰਨੀ ਆ, ਜਾਇਆ ਨੀ ਕਰਨਾ ਉੱਥੇ? ਮੈਂ ਤਾਂ ਮਕਾਨ ਨੀ ਜਾਂਦੀ ਸਰਸੇ ਵਾਲੇ ਦੀ, ਹਰਾਮਜ਼ਾਦੇ ਦੀ ਸਿਰ ਨੀ ਸਾੜਦੀ। ਮੈਂ ਤਾਂ ਸਾਰੇ ਦੇ ਸਾਰੇ ਜਿਹੜੇ ਹਰੇ ਕੇਵਕੇ ਸੀ ਲਾ ਕੇ ਨਾ ਚੁੱਲ੍ਹੇ 'ਚ ਮਾਰੇ। ਅੱਛਾ, ਤੇ ਬਾਈ ਨੀ ਬੋਲਿਆ ਕੁਛ? ਬੋਲਦਾ ਕੁਛ ਤਾਂ ਉਹਨਾਂ ਨੇ ਤੋੜੀਆਂ, ਫਿਰ ਚੰਗੀ ਤਰ੍ਹਾਂ ਮੈਂ ਵੀ ਤੋੜਦੀ, ਹੁਣ ਤਾਂ ਬੁੜਾ ਵੀ ਘਰੇ ਨੀ ਸੀ। ਅੱਛਾ, ਮੈਂ ਤਾਂ ਸਾਰੀਆਂ ਫੋਟੋਆਂ ਫੋਟੋਆਂ ਲਾ ਕੇ ਉਹ ਸਾਰੀਆਂ ਸਿੱਟਤੀਆਂ, ਲਾ ਦੀਆਂ ਚੁੱਲ੍ਹੇ।